जिन्नी बार मर्जी बंद करो, जिन्ना प्रेशर पे कितना पाइप फट सकता है ना पाइप फूल सकता जी। अच्छा हाँ जी ठीक है, जिन्नी बार कर जी बोल। जे मान ला ट्रैक्टर चली जांदा हां ते मान ला इधरो तू गन बंद करती ते पाइप उब नहीं पड़ती ना जी। ना जी ये ऑटो रेंडिंग है जी, मैं मशीन ते चलदी है। हां जी ऑटो रेंडिंग है, जो पैडल दबेंगे तो आप ही अपने आप इकट्ठे करती सज्जे खब्बे। हां सज्जे खब्बे जी। हाँ जी सत श्री अकाल जी सारिया नूं, मैं बलजिंदर सिंह स्वागत करदा तुहाडा अज दी इस नवीं वीडियो दे विच। सो अज जिहड़ा मेला लग्या होया किसान मेला 29 मार्च नूं बठिंडे जिहड़ा लगदा होया, ते बहुत बहुत तरह के जिहड़े नवें नवें इंप्लीमेंट वी आए होया, बहुत सारा कुछ मेले दे विच हुंदा। सो एक मैनूं आ जगत सुख इंडस्ट्री लुधियाणे वालियां दा जिहड़ा कि चार्ली एग्रीकल्चर स्प्रेयर, यानी कि इह स्प्रेयर पंप ही तैयार करदे आगे। सो इहदे बारे आपां जानकारी लैंदे आ ते बाकी शेयर कर दिओ वीडियो नूं वध तों वध। सो बाई जी अपने नाल होणगे, बाई जी सत श्री अकाल जी। सत श्री अकाल बाई जी, सत श्री अकाल। राम बाबू जी, राम बाबू जी। सो मैनूं ऐ दस्सो वी इहदी जिहड़ी कपैसिटी है पंप थोड़ा जिहड़ा टैंक बणिया। 1500 लीटर की टंकी है जी। अच्छा 1500 लीटर दी इहदी टैंकी आ। ठीक है, ऑटो रेंडिंग है जी, मैं मशीन ते चलदी है। हां जी ऑटो रेंडिंग है, जो पैडल दबेंगे तो आप ही अपने आप इकट्ठे करती सज्जे खब्बे। हाँ सज्जे खब्बे जी। एक हैंडल जा भी देता हुआ, ये हैंडल जी है, अगर नहीं चाहो तो अपने यूज कर सकते हैं हाथ। अच्छा अभी ये नहीं है चलाना तो हाथ ना। हाँ जी हाँ जी, घेर सकते हैं। हाँ हाँ घेर सकते जी। ठीक है ठीक है ठीक है। अच्छा अभी मेन ये जाने भी हाथ ना सौखा हो गया छेती बंदा। हाँ जी हाँ जी। अच्छा ये मान के चल जी मैं पैडल है। हाँ जी हाँ जी पैडल है जी। ये आज थोड़ा मतलब हूँ टैंक 1500 लीटर वाला है ना, किन्ने किल्लिया स्प्रे कर दूंगा ये जी? कम से कम 10 किले जी। 10 किलो ਚ ਕਰਦਾ। ਹਾਂਜੀ ਹਾਂਜੀ ਹਾਂਜੀ। ਰਾਮ ਨਾਲ ਤੇ ਕਿੰਨੇ ਬੰਦਿਆਂ ਦੀ ਜ਼ਰੂਰਤ ਪੈਂਦੀ ਹੈ ਫਿਰ ਇਹਨੂੰ? ਬੰਦੇ ਸਮੇ ਕਮ ਤਿੰਨ ਚਾਰ ਬੰਦੇ ਹੋਣਾ ਚਾਹੀਦੇ। ਤਿੰਨ ਚਾਰ ਬੰਦੇ, ਦੋ ਪੈਪ ਖਿੱਚਣ ਨੂੰ। ਹਾਂ ਇੱਕ ਟਰੈਕਟਰ ਕੋਲੇ। ਹਾਂ ਨਾ ਟਰੈਕਟਰ ਕੋਲ ਕੋਈ ਨਹੀਂ ਜੀ, ਕੋਈ ਨਹੀਂ। ਪੰਪ ਕੇ ਕੋਲੇ ਕੋਨੇ, ਸਾਰੇ ਬੰਦੇ ਖੇਤ ਮੇ ਹੋਣਾ ਜੀ। ਪੰਪ ਸੇ ਕੋਈ ਮਤਲਬ ਨੇ, ਗਨ ਆਪਣੇ ਆਪ ਬੰਦ ਕਰ ਦੋ। ਅੱਛਾ ਗਨ ਦਿਖਾ ਮੈਨੂੰ ਕਿਹੜੀ ਹੈ ਕਿਵੇਂ ਹੈ ਇਹ। ਲਓ ਵੀ ਦੋਸਤੋ ਤੇ ਸ਼ੇਅਰ ਕਰੀ ਚਲੋ ਵੀਡੀਓ ਨੂੰ। ਅੱਛਾ ਇਹ ਹਾਂ ਜੀ ਗਨ ਹੈ, ਇਹ ਮਤਲਬ ਆਮ ਨਾਲੋਂ ਵੱਖਰੀ ਆ ਇਹ ਜਿਵੇਂ? ਹਾਂ ਜੀ ਹਾਂ ਜੀ ਹਾਂ, ਨਹੀਂ ਬਾਹਰ ਸਪੈਸ਼ਲ ਗਨ ਹੈ ਜੀ। ਸਪੈਸ਼ਲ ਗਨ ਹੈ? ਹਾਂ ਜੀ ਹਾਂ ਜੀ ਹਾਂ ਜੀ। ਫੀਲਿੰਗ ਦਿੰਦੀ ਆ ਪੂਰੀ ਹੈ? ਹਾਂ ਜੀ ਹਾਂ ਜੀ। ਆ ਲੋਕੋ ਤੋਂ ਹਾਂ, ਗਨ ਜਿੰਨੀ ਵਾਰ ਮਰਜ਼ੀ ਬੰਦ ਕਰੋ, ਜਿੰਨਾ ਪ੍ਰੈਸ਼ਰ ਪਰ ਕਿਤਨਾ ਪਾਈਪ ਫਟ ਸਕਦਾ ਹੈ ਨਾ ਪਾਈਪ ਫੁੱਲ ਸਕਦਾ ਜੀ। ਅੱਛਾ ਹਾਂ ਜੀ ਠੀਕ ਹੈ, ਜਿੰਨੀ ਵਾਰ ਕਰ ਜੀ ਬੋਲ। ਜੇ ਮੰਨ ਲਾ ਟਰੈਕਟਰ ਚੱਲੀ ਜਾਂਦਾ ਹਾਂ ਤੇ ਮੰਨ ਲਾ ਇਧਰੋਂ ਤੂੰ ਗਨ ਬੰਦ ਕਰਤੀ ਤੇ ਪਾਈਪ ਉਹ ਨਹੀਂ ਪੜਦੀ ਨਾ ਜੀ? ਨਾ ਜੀ ਇਹ ਇੱਕ ਵਾਰ ਇੱਕ ਵਾਰ ਮੈਂ 70-80 ਫੁੱਟ ਜਾਏਗਾ ਇਹ। ਅੱਛਾ ਹਾਂ ਸੱਜੇ ਖੱਬੇ ਦੋਨੋਂ ਮਿਲਾ ਕੇ ਵੀ 70-80 ਫੁੱਟ ਆਪਾਂ ਸਪਰੇ ਕਰ ਸਕਦੇ ਹਾਂ। ਵੀ ਮੰਨ ਕੇ ਚੱਲ ਵੀ ਕਿੰਨਾ ਕਿੱਲਾ ਲੈ ਜੂ ਖਿੱਚ ਕੇ? ਕਿੱਲੇ ਮੈਂ 3 ਗੇੜ ਲੱਗਣਾ ਜੀ। ਅੱਛਾ ਕਿੱਲੇ ਦੇ 3 ਗੇੜੇ ਲੱਗਦੇ? ਹਾਂ ਜੀ 3 ਗੇੜੇ ਲੱਗਣਗੇ ਜੀ। ਠੀਕ ਹੈ ਠੀਕ ਹੈ। ਹਾਂ ਜੀ ਲੈ ਆਇਆ ਮੈਨੂੰ ਇਧਰੋਂ ਦਿਖਾ ਹੋਰ ਸਿਸਟਮ ਇਹਦੇ ਵਿੱਚ ਆ ਇਹਦੇ ਫਿਰ। ਅੱਛਾ ਜੇ ਮਤਲਬ ਇਧਰੋਂ ਬੰਦ ਹੋ ਜੇ ਫਿਰ ਇਹਦੀ ਵਾਪਸੀ ਦਿੱਤੀ ਹੋਈ ਹੈ ਵੀ ਵਾਪਸੀ ਬੈਂਕ 'ਚ ਜਾਣ ਲੱਗ ਜਾਂਦੀ? ਹਾਂ ਜੀ ਹਾਂ ਜੀ ਵਾਪਸੀ। ਅੱਛਾ ਇਧਰ ਦੀ ਆ ਜਾਓ, ਇੱਕ ਮਿੰਟ ਭਰਨ ਵਾਲਾ ਵੀ ਸਿਸਟਮ ਲਾਇਆ ਹੋਇਆ ਆਏ ਆਟੋ ਫਿਲਟਰ ਜੀ। ਇਹਨੂੰ ਮੰਨ ਲਾ ਆਪਾਂ ਜੇ ਭਰਨਾ ਹੈਗਾ ਹਾਂ ਜੀ ਤੇ ਬੰਦਾ ਲੋਡ ਨਹੀਂ ਆਪੇ ਭਰ ਲੂਗਾ ਇਹ? ਹਾਂ ਜੀ ਹਾਂ ਜੀ। ਇਸਕੇ ਲੀਟਰ 2-4 ਲੀਟਰ ਪਾਣੀ ਹੋਣਾ ਚਾਹੀਏ, ਜੋ ਨੀਚੇ ਅੰਦਰ ਫਿਲਟਰ ਲਗਾ ਹੈ। ਅੱਛਾ 2-4 ਲੀਟਰ ਪਾਣੀ ਹੋਣਾ ਚਾਹੀਏ ਇਸਕੇ ਅੰਦਰ? ਠੀਕ ਹੈ ਇਹਦੇ ਅੰਦਰ ਹੋਣਾ ਚਾਹੀਦਾ। ਹਾਂ ਉਹ ਪ੍ਰੀਪੈਸ ਕਰਕੇ ਆਪਣੇ ਆਪ ਜੀ ਪਾਣੀ ਉਠਾ ਲੇਤਾ ਜੀ। ਕਿੰਨੇ ਟਾਈਮ ਚ ਭਰ ਜਾਂਦਾ ਫਿਰ ਇਹ? ਇਹ ਪਾਣੀ ਬਹੁਤ ਜ਼ਿਆਦਾ 7-8 ਮਿੰਟ ਲੱਗਣਾ ਜੀ। 7-8 ਮਿੰਟਾਂ ਚ ਭਰ ਦਿੰਦਾ 1500 ਲੀਟਰ? ਹਾਂ ਫੁੱਲ ਪਾਣੀ ਭਰਦਾ ਜੀ। ਅੱਛਾ ਹਾਂ ਜੀ ਹਾਂ ਜੀ। ਮਾਲ ਹੈ ਬਾਈ, ਤੇ ਇਹਦੇ ਵਿੱਚ ਫਿਰ ਮੋਟਰ ਰੱਖੀ ਹੋਈ ਹੈ ਕਿ? ਨਹੀਂ ਨਹੀਂ ਟਰੈਕਟਰ ਸੇ ਚੱਲੇਗਾ ਬਾਈ ਜੀ। ਅੱਛਾ ਇਧਰ ਟਰੈਕਟਰ ਤੇ ਚੱਲਦਾ ਇਹ? ਹਾਂ ਜੀ ਹਾਂ ਜੀ। ਠੀਕ ਹੈ ਠੀਕ ਹੈ ਇਧਰ ਆ ਦੇਖ ਸਕਦੇ ਹੋ ਤੁਸੀਂ ਦੋਸਤੋ, ਇਹਦੇ ਫਿਰ ਦੋ ਇੱਥੇ ਚੱਲਦਾ ਕ੍ਰੋਸ, ਇੱਕ ਟਰੈਕਟਰ ਦਾ ਜੀ, ਇੱਕ ਇਸ ਮਸ਼ੀਨ ਮੇ ਲੱਗਦਾ ਜੀ। ਅੱਛਾ ਇਹਦੇ ਮਸ਼ੀਨ ਤੇ ਲੱਗਦਾ ਇਹ ਚ ਜੁਆਇੰਟ? ਅੱਛਾ ਹਾਂ ਜੀ ਹਾਂ ਜੀ ਹਾਂ ਜੀ। ਤੋ ਜਿਹੜਾ ਇਹਦਾ ਵਿੱਚ ਪੰਪ ਦਿੱਤਾ ਹੋਇਆ ਫਿਰ ਕਿਹੜਾ? ਇਹ 40 ਹੈ ਜੀ, 40 ਪੰਪ ਹੈ। 40 ਪੰਪ? ਹਾਂ ਜੀ ਹਾਂ ਜੀ। ਇਹ ਜਿਸੇ ਆਪ ਚਲਾਤੇ ਹੈ ਉਧਰ ਸੇ ਗਨ ਬੰਦ ਕਰਦੇ, ਇਹ ਆਟੋ ਕਟ ਹੈ ਜੀ। ਆਟੋ ਕਟ ਹੈ? ਹਾਂ ਪਾਣੀ ਵਾਪਸ ਚਲਾ ਵਾਪਸ। ਜਿਹੜਾ ਤੁਸੀਂ ਦੱਸ ਰਹੇ ਸੀ ਵੀ ਮੰਨ ਲਓ ਉਧਰੋਂ ਗਨ ਬਾਏ ਚਾਂਸ ਬੰਦ ਵੀ ਹੋ ਗਈ? ਹਾਂ ਜੀ ਹਾਂ ਜੀ। ਤਾਂ ਇਹ ਆਪੇ ਆਟੋ ਕਟ ਕਰਦੇ? ਹਾਂ ਆਪੇ ਜਾਂਦੇ ਆਪਣਾ। ਕੀ ਕੀਮਤ ਪੈ ਜਾਂਦੀ ਹੈ ਵੈਸੇ ਦੀ? ਕੀਮਤ ਹੈ ਜੀ 1,60,000 ਰੁਪਏ। 1,60,000? ਕੋਈ ਸਬਸਿਡੀ ਵਗੈਰਾ? ਸਬਸਿਡੀ ਜੀ ਮੇਰੇ ਕੋਲ ਨਹੀਂ ਪਤਾ ਹੈ। ਅੱਛਾ ਕੋਈ ਬਾਈ ਜੀ ਬਤਾ ਸਕਦੇ? ਚਲੋ ਤੁਸੀਂ ਤਾਂ ਬਸ ਦੱਸਣ ਵਾਲੇ ਆ। ਇੱਕ ਮੈਨੂੰ ਆਇਆ ਦੱਸੋ, ਆ ਮੀਟਰ ਗੇਜ ਜੀ ਲੱਗੀ ਹੋਈ ਆ? ਹਾਂ ਜੀ ਹਾਂ ਜੀ। ਇਹ ਕਾਦੇ ਵਾਸਤੇ ਲਾਈ ਵੀ ਹੈ? ਇਹ ਪਾਣੀ ਕੇ ਲਈ ਜੀ। ਪਾਣੀ ਜਿੰਨਾ ਕਮ ਹੁੰਦਾ ਉਹਨਾਂ ਸਿੱਧੇ ਹੋ ਜਾਂਦੀ ਜੀ। ਆਪੇ ਦੱਸੀ ਜਾਊਗੀ? ਹਾਂ ਆਪੇ ਦੱਸੀ ਜਾਊਗੀ ਜੀ। ਮਾਲ ਜੀ ਆ ਦੇਖੋ 1500 ਲੀਟਰ ਦੀ ਜਿਹੜੀ ਕਿ ਇਹਦੀ ਟੈਂਕੀ ਆਗੀ, ਕਿੰਨੇ ਕਿੱਲੇ? 10 10 ਕਿੱਲੇ? ਹਾਂ 10 ਕਿੱਲੇ ਕਰ ਦਿੰਦੇ। ਬਾਕੀ ਨੰਬਰ ਤੁਹਾਨੂੰ ਮੈਂ ਕਾਰਡ ਦਿਖਾ ਦਿੰਨਾ ਬਾਈ, ਕਾਰਡ ਦਿਖਾਈ ਮੜਾ ਆ ਉਹਦਾ। ਤੇ ਆ ਨੰਬਰ ਆ ਬਾਈਆਂ ਦੇ, ਆ ਤਿਆਰ ਕਰਦੇ ਆ ਇਦਾਂ ਦੇ ਸਾਰੇ ਤੁਸੀਂ ਮਤਲਬ ਸਪਰੇਅਰ ਪੰਪ ਹੀ ਤਿਆਰ ਕਰਦੇ? ਹਾਂ ਜੀ ਸਪਰੇਅਰ ਵਾਲ ਕੋਈ ਨਹੀਂ ਜੀ, ਸਪਰੇਅ ਖਾਲੀ ਸਪਰੇਅ ਪੰਪ। ਆ ਨੰਬਰ ਦੇਖ ਲਓ ਜੀ ਇਹਨਾਂ ਦਾ, ਐਡਰੈਸ ਵਗੈਰਾ। ਲੁਧਿਆਣੇ ਬਣਾਉਣੇ ਤੁਸੀਂ? ਹਾਂ ਜੀ ਲੁਧਿਆਣੇ। ਠੀਕ ਆ ਜੀ, ਤੇ ਸ਼ੇਅਰ ਕਰਦੇ ਵੀਡੀਓ ਨੂੰ, ਮਿਲਦੇ ਆ ਫਿਰ ਅੱਗੇ ਵੀਡੀਓ ਦੇ ਵਿੱਚ।